ਲਗਾਤਾਰ ਹੁਣ ਸਮਾਂ ਘਟਦਾ ਜਾ ਰਿਹਾ, ਇੱਕ ਤਰ੍ਹਾਂ ਦੇ ਨਾਲ ਕਾਊਂਟਡਾਊਨ ਸ਼ੁਰੂ ਹੋ ਚੁੱਕਾ। ਕਿਸਾਨ ਸ਼ੰਭੂ ਬਾਰਡਰ ਦੇ ਵੱਲ ਜਿੱਥੇ ਵਧਰੇ ਸ਼ੁਰੂ ਹੋ ਚੁੱਕੇ ਨੇ, ਉੱਥੇ ਹੀ ਅਜੇ ਵੀ ਜਿਹੜੇ ਪੰਜਾਬ ਦੇ ਕਈ ਹਿੱਸਿਆਂ 'ਚੋਂ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਵਧਣ ਦੀਆਂ ਤਿਆਰੀਆਂ ਦੇ ਵਿੱਚ ਨੇ। ਤਾਂ ਤਸਵੀਰਾਂ ਦਿਖਾ ਦਈਏ, ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਜਾ ਰਹੇ ਨੇ, JCB ਮਸ਼ੀਨਾਂ ਨਾਲ ਲੈ ਕੇ ਕਿਸਾਨ ਜਿਹੜੇ ਇੱਥੋਂ ਕੂਚ ਕਰ ਰਹੇ ਨੇ ਦਿੱਲੀ ਵੱਲ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਬਹੁਤ ਵੱਡੇ ਪੱਧਰ 'ਤੇ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਜਿਹੜੀ ਕੌਲ ਦਿੱਤੀ ਗਈ ਸੀ, ਤਾਂ ਚੀਜ਼ਾਂ ਉੱਦਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ। ਤਾਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਤੋਂ, ਮਾਝੇ ਦੀ ਧਰਤੀ ਤੋਂ ਜਦੋਂ ਕਿਸਾਨ ਰਵਾਨਗੀ ਭਰ ਰਹੇ ਨੇ ਦਿੱਲੀ ਵਾਲੇ ਪਾਸੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ, ਜਾਂ ਇਹ ਕਹਿ ਲਓ ਕਿ ਕਿਸਾਨ ਉੱਥੇ ਪਹੁੰਚ ਚੁੱਕੇ ਨੇ, ਇਕੱਠੇ ਹੋ ਚੁੱਕੇ ਨੇ। ਔਰ ਅਜੇ ਵੀ ਜਿਹੜੇ ਪੰਜਾਬ ਦੇ ਕਈ ਪਿੰਡਾਂ 'ਚੋਂ, ਪੰਜਾਬ ਦੇ ਕਈ ਹਿੱਸਿਆਂ 'ਚੋਂ ਕਿਸਾਨ ਰਵਾਨਾ ਹੋ ਰਹੇ ਨੇ। ਤਾਂ ਲਗਾਤਾਰ ਕਈ ਕਈ ਕਿਲੋਮੀਟਰ ਦੇ ਕਿਸਾਨਾਂ ਦੀਆਂ ਟਰਾਲੀਆਂ ਦੇ ਕਾਫਲੇ ਵੱਧ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ JCB ਮਸ਼ੀਨਾਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ, ਔਰ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਦੇ ਵਿੱਚ ਕਈ ਕਈ ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਚੱਲੇ ਨੇ। ਕੂਲਰ ਸਮੇਤ ਹੋਰ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਵੱਲੋਂ ਨਾਲ ਉੱਥੇ ਲਿਜਾਈਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰਾਂ, JCB ਮਸ਼ੀਨ ਹੈ ਕਿਸਾਨਾਂ ਦੇ ਨਾਲ, ਔਰ ਵੱਖ ਵੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਸਮਰਥਨ ਕੀਤਾ ਗਿਆ ਇਸ ਦਿੱਲੀ ਕੂਚ ਦਾ। ਹਾਲਾਂਕਿ ਇਸ ਵਾਰ ਜਿਹੜੀਆਂ ਤਮਾਮ ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਨਹੀਂ ਹੈਗੀਆਂ, ਪਰ ਫਿਰ ਵੀ ਬਹੁਤ ਵੱਡੀ ਤਾਦਾਦ ਹੈ ਕਿਸਾਨ ਜਥੇਬੰਦੀਆਂ ਦੀ, ਬਹੁਤ ਵੱਡੀ ਤਾਦਾਦ ਹੈ ਕਿਸਾਨਾਂ ਦੀ ਜੋ ਦਿੱਲੀ ਵੱਲ ਲਗਾਤਾਰ ਵੱਧ ਰਹੇ ਨੇ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ, 10 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ, 10 ਵਜੇ ਦੀ ਕੌਲ ਸੀ, ਔਰ ਇਸ ਵੇਲੇ ਕਿਸਾਨ ਬਹੁਤ ਨੇੜੇ ਸ਼ੰਭੂ ਦੇ ਕੋਲ ਜਿਹੜੇ ਇਕੱਠੇ ਹੋ ਚੁੱਕੇ ਨੇ। ਔਰ ਕਿਸੇ ਵੇਲੇ ਵੀ ਜਿਹੜਾ ਅੱਗੇ ਵਧਿਆ ਜਾਵੇਗਾ ਕਿਸਾਨਾਂ ਦੇ ਵੱਲੋਂ, ਔਰ ਮੌਕੇ ਦੇ ਉੱਤੇ ਤਾਂ ਕਿਸਾਨ ਅੰਦੋਲਨ 2.0 ਕਹਿ ਸਕਦੇ ਹਾਂ। ਔਰ ਉੱਧਰ ਇਸ ਦੇ ਨਾਲ ਹੀ ਜਿਹੜਾ ਸਿੰਘੂ ਬਾਰਡਰ ਹੈ, ਟਿੱਕਰੀ ਬਾਰਡਰ ਹੈ, ਗਾਜ਼ੀਪੁਰ ਬਾਰਡਰ ਹੈ, ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਤਾਂ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਅੰਮ੍ਰਿਤਸਰ ਮਾਝੇ ਦੀ ਧਰਤੀ ਤੋਂ, ਕਿਸਾਨ ਜਿਹੜੇ ਲਗਾਤਾਰ ਵੱਧ ਰਹੇ ਨੇ। ਔਰ JCB ਮਸ਼ੀਨਾਂ, ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ, ਕਿਉਂਕਿ ਕੰਕਰੀਟ ਦੀਆਂ ਜਿਹੜੀਆਂ ਉੱਥੇ ਸੀਮਟ ਦੀਆਂ ਇੱਕ ਤਰ੍ਹਾਂ ਦੇ ਨਾਲ ਦੀਵਾਰਾਂ ਨੇ, ਵੱਡੇ ਵੱਡੇ ਬਲੋਕ ਨੇ, ਤਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਟਾਇਆ ਜਾਵੇਗਾ, ਕੁਝ ਹੀ ਦੇਰ ਦੇ ਵਿੱਚ ਅਸੀਂ ਜਿਹੜਾ ਇਸ ਰੋਕ ਨੂੰ ਪਾਰ ਕਰ ਲਾਂਗੇ। ਭਜਿੰਦਰ ਸਿੰਘ ਕੋਟਲਾ, ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ। ਅਸੀਂ JCBਾਂ ਤਾਂ ਲੈ ਕੇ ਜਾ ਰਹੇ ਹਾਂ, ਹਰਿਆਣੇ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਲਿੰਕ ਤੋੜਿਆ ਆ, ਥਾਂ ਥਾਂ ਤੋਂ ਬੈਰੀਗੇਡ ਕੀਤੀ ਆ, ਉਹ ਜਿਹੜੇ ਬੈਰੀਗੇਡ ਹਟਾ ਕੇ ਆਮ ਪਬਲਿਕ, ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ, ਲੋਕ ਖਜਲ ਖੁਆਰ ਹੋ ਰਹੇ ਨੇ, ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ JCB ਲੈ ਕੇ ਜਾ ਰਹੇ ਹਾਂ, ਤਾਂ ਕਰਕੇ ਇਹ ਸਾਰਾ ਕੁਛ ਹੋ ਰਿਹਾ। ਕਿੰਨੇ ਕੁ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਹੋਈ ਹੈ? 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਹਾਂ, ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ, ਔਰ ਰੋਜ਼ ਦੇ ਰੋਜ਼ ਜਾਂਦੇ ਰਹਿਣਗੇ। ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜਾਵੇ ਮੀਟਿੰਗ, ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ। ਸਰਕਾਰ ਚਾਹੇ ਤਾਂ ਮੀਟਿੰਗਾਂ 'ਚ ਹੀ ਹੱਲ ਆ, ਟੇਬਲ 'ਤੇ ਹੱਲ ਆ, ਟੇਬਲ 'ਤੇ ਅੱਜ ਵੀ ਹੱਲ ਹੋ ਸਕਦਾ ਅਤੇ ਕੱਲ੍ਹ ਵੀ ਹੋ ਸਕਦਾ, ਜਦੋਂ ਮਰਜ਼ੀ ਸਰਕਾਰ ਕਹ ਲਏ ਹੱਲ ਤਾਂ ਟੇਬਲ 'ਤੇ ਨਿਕਲੂਗਾ। ਬਿਲਕੁਲ ਜੀ, ਸੰਘਰਸ਼ ਤਾਂ ਤੁਹਾਨੂੰ ਪਤਾ ਹੀ ਆ, ਸਿਖਰਾਂ 'ਤੇ ਇਸ ਵੇਲੇ ਲੱਖਾਂ ਹੀ ਲੋਕ ਬਾਰਡਰਾਂ 'ਤੇ ਜਾ ਕੇ ਬਹਿ ਗਏ ਨੇ, ਔਰ ਜਿਹੜੇ ਹੋਰ ਵੀ ਜਾ ਰਹੇ ਨੇ, ਕੱਲ੍ਹ ਤੱਕ ਪਰਸੋਂ ਤੱਕ ਵੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਲੋਕ ਜਾ ਰਹੇ ਨੇ, ਇਸ ਕਰਕੇ ਧਰਾਧਰ ਲੋਕ ਬਾਰਡਰਾਂ 'ਤੇ ਕੂਚ ਕਰ ਰਹੇ। ਬੈਰੀਕੇਡ ਕੀਤੀ ਗਈ ਹੈ ਰੋਕਣ ਦੇ ਲਈ, ਪਰ ਆਮ ਜਨਤਾ ਬੜੀ
ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ ਹਾਂ, ਆਮ ਜਨਤਾ ਨੂੰ ਬਹਾਲ ਕਰਨ ਵਾਸਤੇ ਸਾਰਾ ਕੁਛ ਕਰ ਰਹੇ ਹਾਂ ਪ੍ਰਬੰਧ, ਇਹ ਆਮ ਜਨਤਾ ਦੇ ਰਸਤੇ ਖਿਲਾਉਣ ਵਾਸਤੇ ਜਾ ਰਹੇ ਹਾਂ। ਮੈਂ ਸੁਰਿੰਦਰ ਸਿੰਘ ਬਡਾਲਾ, ਜ਼ਿਲ੍ਹਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ। ਬਿਲਕੁਲ ਜੀ, ਤੁਹਾਨੂੰ ਦਿਖ ਨਹੀਂ ਰਿਹਾ ਜੀ, ਤਿਆਰੀ ਪੂਰੀ ਦੇ ਨਾਲ ਜਾ ਰਹੇ ਹਾਂ, ਮੂੰਹ ਤੋੜ ਨਾਲ ਜਵਾਬ ਦੇਵਾਂਗੇ ਸਰਕਾਰ ਨੂੰ, ਜਲਦੀ ਕੁਝ ਕਰਾਂਗੇ ਜੀ। JCB ਲੈ ਕੇ ਜਾ ਰਹੇ ਹੋ? JCB ਲੈ ਕੇ ਜਾ ਰਹੇ ਹਾਂ, ਸੰਗਲ ਲੈ ਕੇ ਜਾ ਰਹੇ ਹਾਂ, 150 ਹੌਸ ਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਹਾਂ, ਕੁੱਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਹਾਂ ਜੀ। ਸਰਕਾਰ ਆਪਣੇ ਵਾਅਦੇ ਨੂੰ ਮੁੱਕਰਦੀ ਪਈ ਹੈ, ਤੁਹਾਡੇ ਨਾਲ ਪਹਿਲਾਂ ਹੀ ਵਾਅਦੇ ਕੀਤੇ, ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਅਦੇ ਦੇ ਖਰੇ ਨਹੀਂ ਉਤਰੇ, ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ? ਬਿਲਕੁਲ ਜੀ, ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਆ ਅਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ, ਵੱਡੇ ਵੱਡਿਆਂ ਦੇ ਤਜਾਂ ਮਰਾ ਕਰਜ਼ ਮਾਫ਼ ਕਰ ਰਹੀ ਆ ਅਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ। ਵੇਖੋ ਤੁਸੀਂ, ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਅਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ। ਬਿਲਕੁਲ ਜੀ, ਤੁਹਾਡੇ ਸਾਹਮਣੇ ਤਿਆਰੀ ਜੀ, ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਹਾਂ। ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਅਤੇ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਹਾਂ ਜੀ।